ਕਰੇ ਤਾਂ ਚਲੋ ਮਿਲੀ ਜਾਣਾ ਉਹ 'ਚ ਮਸ਼ੀਨ 'ਚ ਹੀ ਹੋਣਾ ਅਤੇ ਬਾਹਰੋਂ ਕਈ ਵਾਰੀ ਉਹ ਮਸ਼ੀਨ 'ਚ ਹੀ ਰਹਿ ਜਾਂਦਾ। ਬਾਕੀ ਲਿਕੁਇਡ ਲਈ ਆ ਦੋਵੇਂ ਇਹਦੇ 'ਚ ਪਾਊਚ ਜਿਹਾ ਨਿਕਲ ਜਾਂਦਾ ਸਰਫ ਦਾ, ਡੋਲਰ ਸਿਲੈਕਟ ਕਰਕੇ ਐਂਟਰ ਕਰ ਦੇਣਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਆ ਮੇਰੀ ਅੱਜ ਦੀ ਨਵੀਂ ਵੀਡੀਓ ਵਿੱਚ। ਅੱਜ ਦੀ ਵੀਡੀਓ ਮੈਂ ਬਣਾਈ ਆ ਇੱਥੇ ਲੌਂਡਰੀ ਕਿੱਦਾਂ, ਜਿਹੜੀਆਂ ਇੱਕ ਤਾਂ ਹੁੰਦੀ ਆ ਕੋਇਨ ਵਾਲੀ ਲੌਂਡਰੀ ਜਿਹਦੇ 'ਚ ਕੋਇਨ ਪੈਂਦੇ ਆ, ਅਤੇ ਹੁਣ ਮਸ਼ੀਨਾਂ ਵਾਲੀਆਂ ਵੀ ਲੌਂਡਰੀਆਂ ਆ, ਹਰੇਕ ਛੋਟੇ ਟਾਊਨ 'ਚ ਵੀ ਹੁਣ ਮਸ਼ੀਨ ਵਾਲੀ ਲੌਂਡਰੀ ਆ ਗਈ ਆ, ਅਤੇ ਉਹ ਕਿੱਦਾਂ ਯੂਜ਼ ਕਰਨੀ ਆ। ਮੇਰਾ ਵੀ ਸੈਕਿੰਡ ਟਾਈਮ ਹੀ ਆ, ਹੁਣ ਪਹਿਲਾਂ ਮੈਂ ਯੂਜ਼ ਕਰਦਾ ਹੁੰਦਾ ਸੀ, ਉਦੋਂ ਤਾਂ ਕੋਇਨ ਹੁੰਦੇ ਸੀਗੇ, ਅਤੇ ਹੁਣ ਘਰ ਮਸ਼ੀਨ ਆ ਜਿਹੜੀ ਉਹ 'ਚ ਤਾਂ ਛੋਟੇ ਧੋਤੇ ਜਾਂਦੇ ਕੱਪੜੇ, ਅਤੇ ਜਿਹੜੇ ਬਲੈਂਕਟ ਹੁੰਦੀਆਂ ਵੱਡੀਆਂ ਉਹਦੀ ਲਿਮਿਟ ਹੁੰਦੀ ਆ 7 kg, ਅਤੇ ਫਿਰ ਬਲੈਂਕਟ ਜਿਹੜੇ 2 ਸੀ ਧੋਣ ਵਾਲੇ ਅਤੇ ਉਹ ਮੈਂ ਬਾਹਰੋਂ ਆਇਆ, ਅਤੇ ਇਹਦੇ ਲਈ ਸਭ ਤੋਂ ਕਾਰਡ ਲੈਣਾ ਪੈਂਦਾ ਆਪਾਂ ਨੂੰ, TCA ਕੰਪਨੀ ਦਾ ਨਾਂ ਆ ਲੌਂਡਰੀ ਦਾ, ਅਤੇ ਉਹਦਾ ਕਾਰਡ ਉੱਥੇ ਮਿਲ ਜਾਂਦਾ ਅਤੇ ਉੱਥੇ ਰਿਚਾਰਜ ਹੋ ਜਾਂਦਾ। TCA ਕਾਰਡ ਆ ਲੌਂਡਰੀ ਦਾ, ਅਤੇ ਇਹ ਹੁੰਦਾ ਯੂਜ਼, ਪਹਿਲਾਂ ਕੋਇਨ ਚੱਲਦੇ ਹੁੰਦੇ ਸੀਗੇ, ਅਤੇ ਕੋਇਨ ਉਹਨਾਂ ਨੇ ਬੰਦ ਕਰਤੇ ਕਿਉਂਕਿ ਚੋਰੀ ਚੋਰੀ ਹੁੰਦੀ ਜਦੋਂ, ਅਤੇ ਕੋਇਨ ਲੋਕ ਲੈ ਜਾਂਦੇ ਆ, ਅਤੇ ਹੁਣ ਇਹਨਾਂ ਨੇ ਮਸ਼ੀਨ ਲਾਤੀ ਅਤੇ ਉੱਥੇ ਹੀ ਰਿਚਾਰਜ ਹੋ ਜਾਂਦੀ ਹੈ, ਅਤੇ ਕਾਰਡ ਵੀ ਜੇ ਨਵਾਂ ਲੈਣਾ ਉੱਥੇ ਮਿਲ ਜਾਂਦਾ ਆ। ਜੇ ਆਪਾਂ ਰਿਚਾਰਜ ਕਰਨਾ ਕਾਰਡ ਆਪਸ਼ਨਾਂ ਹੀ ਮਿਲਦੀਆਂ ਆਪਾਂ ਇਹਦੇ ਤੋਂ ਘੱਟ ਨਹੀਂ ਰਿਚਾਰਜ ਕਰ ਸਕਦੇ, $10 ਸਿਲੈਕਟ, ਅਤੇ ਹੋਰ ਦੇਖਦੇ ਵੀ ਘਟਾਉਂਦੇ ਆਪਾਂ, ਅਤੇ ਜ਼ਿਆਦਾ ਅਮਾਊਂਟ ਆ ਗਿਆ ਆਪਾਂ ਨੂੰ ਇੰਨਾ ਨਹੀਂ ਚਾਹੀਦਾ, ਕੈਂਸਲ ਕਰ ਲੈਂਦੇ ਹਾਂ ਅਤੇ ਟਰਾਈ ਅਗੇਨ ਕਰਦੇ ਹਾਂ, ਅਤੇ ਇੱਥੇ ਆਪਾਂ ਵੈਲਿਊ $10 ਸਿਲੈਕਟ ਕਰਕੇ ਐਂਟਰ ਕਰ ਦੇਣਾ, ਅਤੇ ਇੱਥੇ ਆਪਾਂ ਨੂੰ ਆਪਣਾ ਬੈਂਕ ਦਾ ਕਾਰਡ ਸਵਾਈਪ ਹੋਣਾ, ਫਿਰ ਆਪਣਾ ਕਾਰਡ ਭਰਤਾ ਅਤੇ ਆਪਣਾ ਰਿਚਾਰਜ ਹੋ ਜਾਣਾ, ਅਤੇ ਬੈਲੈਂਸ ਸ਼ੋ ਹੋ ਜਾਣਾ, ਗਰੰਟੀ ਕਟੋਦਰ ਵਿੱਚ ਪੈਂਦਾ ਸੀਗਾ, ਅਤੇ ਹੁਣ ਕਿਉਂਕਿ $10 ਦਾ ਆਪਾਂ ਰਿਚਾਰਜ ਕਰਾ ਲਏ ਅਤੇ ਆਪਣਾ ਹੋ ਗਿਆ ਰਿਚਾਰਜ, ਚਾਹੀਦਾ ਹੁਣ ਪਤਾ ਨਹੀਂ ਕਿੰਨਾ ਲੱਗ ਜਾਣਾ ਆ। ਇਹ ਹੈਗਾ ਆ ਵੱਡੀਆਂ ਮਸ਼ੀਨਾਂ, ਡਰਾਇਰ ਵੱਡੇ ਆ ਅਤੇ ਛੋਟੇ ਆ, ਅਤੇ $9 $9 $2 ਦੇ, ਆਹ ਛੋਟੀਆਂ ਮਸ਼ੀਨਾਂ ਆ, ਉਹ ਵੱਡੀਆਂ ਮਸ਼ੀਨਾਂ, ਅਤੇ ਮੈਨੂੰ ਤਾਂ ਚਾਹੀਦੀ ਸੀ ਵੱਡੀ ਮਸ਼ੀਨ ਹੀ ਚਾਹੀਦੀ ਸੀਗੀ, ਪਰ ਉਹ ਹੁਣ ਯੂਜ਼ ਆ ਸਟਾਰਟ ਹੋਣ ਲੱਗੀਆਂ, ਇਹਨਾਂ ਨੂੰ ਤਾਂ ਘੰਟਾ ਲੱਗ ਜਾਣਾ, ਮੈਨੂੰ ਹੁਣ ਛੋਟੀਆਂ ਮਸ਼ੀਨਾਂ ਯੂਜ਼ ਕਰਨੀਆਂ ਪੈਣੀਆਂ, 2 ਛੋਟੀਆਂ ਦੇਖਦਾ ਵਿੱਚ ਮੇਰਾ ਆ ਜਾਂਦੇ ਕੰਬਲ, 2 ਕੰਬਲ ਆ ਆ ਜਾਣੇ ਚਾਹੀਦੇ ਆ, ਦੋਵਾਂ 'ਚ ਇੱਕ ਇੱਕ ਪਾ ਦੇਣਾ ਕੰਬਲ ਮੈਂ। ਜੇ ਆਪਾਂ ਤੋਂ ਕਾਰਡ ਨਹੀਂ ਹੈਗਾ ਤਾਂ ਇਹਦੇ ਵਿੱਚ ਆਪਾਂ ਕੋਇਨ ਵੀ ਪਾ ਸਕਦੇ ਹਾਂ, $1 ਜਾਂ $2 ਦੇ ਕੋਇਨ ਪੈਂਦੇ ਆ ਵਿੱਚ, ਅਤੇ ਇਹਨਾਂ ਨੇ ਬਾਅਦ 'ਚੋਂ ਇਹਦੇ 'ਚ ਨਿਕਲਦੇ ਆ ਪਾਊਡਰ, ਜੇ ਆਪਾਂ ਤੋਂ ਹੈ ਨਹੀਂ ਗਾ ਸਰਫ, ਅਤੇ ਇਹਦੇ 'ਚੋਂ ਆਪਾਂ ਜਦੋਂ ਡੋਲਰ ਪਾਉਣਾ ਅਤੇ ਆਪਾਂ ਨੂੰ ਸਰਫ ਮਿਲ ਜਾਣੀ ਆ, ਇਹਦੇ 'ਚੋਂ ਪਾਊਚ ਜਿਹਾ ਨਿਕਲ ਜਾਂਦਾ ਸਰਫ ਦਾ। ਹਾਂਜੀ ਇੱਕ ਗੱਲ ਹੋਰ, ਜਦੋਂ ਆਪਾਂ ਬਾਹਰੋਂ ਧੋਂਦੇ ਹਾਂ ਲੌਂਡਰੀ 'ਚ ਕੱਪੜੇ, ਅਤੇ ਕੋਈ ਵੀ ਇੰਪੋਰਟੈਂਟ ਕੋਈ ਵੀ ਜਾਂ ਕਾਰਡ ਹੁੰਦਾ ਜਾਂ ਲਾਇਸੈਂਸ ਹੁੰਦਾ, ਕੋਈ ਵੀ ਜ਼ਰੂਰੀ ਡਾਕੂਮੈਂਟ ਜੇਬ 'ਚ ਨਾ, ਚੈੱਕ ਕਰ ਲਿਆ ਕਰੋ, ਕਿਉਂਕਿ ਬਾਅਦ 'ਚੋਂ ਮਸ਼ੀਨ 'ਚ ਕਈ ਵਾਰੀ ਰਹਿ ਜਾਂਦਾ ਹੁੰਦਾ ਅਤੇ ਬਾਅਦ 'ਚੋਂ ਨਹੀਂ ਮਿਲਦਾ, ਅਤੇ ਜ਼ਰੂਰ ਚੈੱਕ ਕਰਿਆ ਕਰੋ ਕੋਈ ਵੀ ਸਮਾਨ ਜਦੋਂ ਬਾਹਰੋਂ ਧੋਂਦੇ ਹੁੰਦੇ ਆ, ਘਰ ਤਾਂ ਚਲੋ ਮਿਲ ਹੀ ਜਾਣਾ ਉਹ 'ਚ ਮਸ਼ੀਨ 'ਚ ਹੀ ਹੋਣਾ, ਅਤੇ ਬਾਹਰੋਂ ਕਈ ਵਾਰੀ ਉਹ ਮਸ਼ੀਨ 'ਚ ਹੀ ਰਹਿ ਜਾਂਦਾ। ਨੋ ਐਨੀਮਲ ਬਲੈਂਕਟਸ ਪਲੀਜ਼, ਇਹਨਾਂ ਨੇ ਲੈ ਕੇ ਲਾਤਾ। ਪਹਿਲਾਂ ਲੋਕ ਕੀ ਕਰਦੇ ਸੀਗੇ ਕਿ ਵਿੱਚ ਕੁੱਤਿਆਂ ਦੀਆਂ ਚਾਦਰਾਂ ਮੈਟ ਮੂਟ ਵਿੱਚ ਹੀ ਸੁੱਟ ਦਿੰਦੇ ਸੀ ਗੰਦੇ, ਅਤੇ ਫਿਰ ਉਹ ਵਾਲ ਨਹੀਂ ਨਿਕਲਦੇ, ਅਤੇ ਫਿਰ ਉਹਨਾਂ ਨੇ ਹੁਣ ਲੈ ਕੇ ਲਾਤਾ। ਜਦੋਂ ਹੁਣ ਮਸ਼ੀਨਾਂ ਸਾਰੀਆਂ ਹੀ ਨਵੀਆਂ, ਜਿਹੜੀਆਂ ਵਾਸ਼ਿੰਗ ਮਸ਼ੀਨਾਂ ਤਾਂ ਸਾਰੀਆਂ ਨਵੀਆਂ ਹੀ ਆ, ਹੁਣ ਬਾਅਦ 'ਚੋਂ ਪਹਿਲੀਆਂ ਵਾਲੀਆਂ ਤੋਂ ਬਦਲਦੀਆਂ ਨਵੀਆਂ ਬਦਲਦੀਆਂ, ਅਤੇ ਡਰਾਇਰ ਉਹੀ ਆ, ਤੋ ਪਿਛਲੀਆਂ ਛੋਟੀਆਂ ਹੁੰਦੀਆਂ ਸੀ ਯਾਰ, 3 ਉਹ 2 ਉਹੀ ਆ, ਜਿਹੜੀਆਂ 3 ਛੋਟੀਆਂ ਆ,
ਇੱਥੇ ਬਿਲਕੁਲ ਜਿੱਦਾਂ ਦੀਆਂ ਘਰੇ ਮਸ਼ੀਨਾਂ ਹੁੰਦੀਆਂ ਉਹੀ ਮਸ਼ੀਨਾਂ ਹੁੰਦੀਆਂ ਸੀਗੀਆਂ ਅਤੇ ਹੁਣ ਇਹ ਵੱਡੀਆਂ ਮਸ਼ੀਨਾਂ ਪਿਛਲੇ ਨਾਲੋਂ। ਆਹ ਡਰਾਇਰ ਆ ਉਹ ਛੋਟੇ ਡਰਾਇਰ ਆ ਇਹਨਾਂ ਦੇ ਹੈਗੇ ਆ ਜੇ 9 ਮਿੰਟ ਲਾਉਣਾ $2 ਅਤੇ ਇਹ ਹੈਗੇ ਆ 11 ਮਿੰਟ $2 ਅਤੇ ਆਹ ਮੇਰੇ ਖਿਆਲ ਨਾਲ ਦੂਜੇ ਆ ਚੱਲਦੇ ਆ ਆਹ ਵਾਲੇ ਬਿਜਲੀ ਵਾਲੇ ਆ ਆਹ ਮੈਨੂੰ ਲੱਗਦਾ ਗੈਸ ਨਾਲ ਚੱਲਦੇ ਆ ਮੈਨੂੰ ਦੱਸਿਆ ਸੀ ਕਿਸੇ ਨੇ ਆਹ ਗੈਸ 'ਤੇ ਆ ਆਹ ਵਧੀਆ ਵੈਸੇ ਆਹ ਵਧੀਆ ਵਾਸ਼ ਕਰਦੇ ਆ ਜਿਹੜੇ ਬਿਜਲੀ ਦੇ ਆ ਅਤੇ ਪਹਿਲਾਂ ਇਹਨਾਂ ਦੇ ਵਿੱਚ ਆਹ ਮਸ਼ੀਨਾਂ ਨਹੀਂ ਸੀ ਹੁੰਦੀਆਂ ਇਹ ਹੁਣੇ ਆਈਆਂ ਮਸ਼ੀਨਾਂ ਪਹਿਲਾਂ ਇਹਨਾਂ ਵਿੱਚ ਕੋਇਨ ਪੈਂਦੇ ਹੁੰਦੇ ਸੀ $2 ਦੇ ਜਾਂ $1 ਦਾ ਅਤੇ ਬਾਅਦ 'ਚ ਹੁਣ ਸਿਕਿਉਰਿਟੀ ਸੇਫਟੀ ਦੇ ਕਰਕੇ ਇਹਨਾਂ ਨੇ ਆਹ ਮਸ਼ੀਨਾਂ ਲਾਤੀ ਆ ਵਧੀਆ ਕਰਤਾ ਅਤੇ ਇਹਦੇ 'ਚ TCA ਦੇ ਕਾਰਡ ਇਹਨਾਂ ਦੇ ਆਪਣੇ ਚੱਲਦੇ ਆ ਅਤੇ ਇਹ ਕੰਪਨੀ ਆ TCA ਥੇਮਸ ਦੀ ਆ ਅਤੇ ਇਹਨਾਂ ਦਾ ਜਿੰਮ ਵੀ ਆ TCA ਦੇ ਨਾਮ 'ਤੇ ਜਿੰਮ ਅਤੇ ਨਾਲੇ ਲੌਂਡਰੀ ਆ। ਬਾਹਰ ਪੂਰਾ ਹਫ਼ਤਾ ਇੱਕ ਤੂਫਾਨ ਹਨੇਰੀ ਆਹੀ ਪੂਰਾ ਜ਼ੋਰਾਂ ਨਾਲ ਮੀਂਹ ਦੱਸਿਆ ਹੋਇਆ ਇੱਦਾਂ ਰਹਿਣਾ ਹੁਣ ਧੁੱਪ ਨਹੀਂ ਨਿਕਲਣੀ ਪੂਰਾ ਹਫ਼ਤਾ। ਆਹ ਇਹਨਾਂ ਦਾ ਹੀ TC ਵਾਲਿਆਂ ਦਾ ਹੀ ਆ ਸਾਹਮਣੇ ਆ ਜਿੰਮ ਆ ਇੱਧਰਲੀ ਡੋਰ ਜਿੰਮ ਦੀ ਆ ਇੱਕੋ ਹੀ ਬਿਲਡਿੰਗ ਆ ਅਤੇ ਆਹ ਹੈਗੀ ਇਹਨਾਂ ਦੀ ਲੌਂਡਰੀ। ਪਹਿਲਾਂ ਆਪਾਂ ਇੱਥੋਂ ਸਿਲੈਕਟ ਕਰਨਾ ਕਿ ਕਿਹੜਾ ਆਪਾਂ ਮੋਡ ਚੋਇਸ ਕਰਨਾ 490°C 40°C 30-20 ਅਤੇ ਬਾਅਦ ਦੇ ਵਿੱਚ ਆਪਾਂ ਇੱਥੇ ਆਪਣਾ ਸ਼ੋਅ ਹੋ ਜਾਣਾ ਬੈਲੈਂਸ ਕਾਰਡ ਵਿੱਚ ਕਿੰਨਾ ਬੈਲੈਂਸ ਆ ਅਤੇ ਕਾਰਡ ਨੂੰ ਆਪਾਂ ਇਹਦੇ 'ਤੇ ਰੱਖ ਲੈਣਾ ਅਤੇ ਬਾਅਦ 'ਚ ਇੱਥੋਂ ਸਿਲੈਕਟ ਕਰ ਲੈਣਾ। ਅਤੇ ਆ ਹੋ ਗਿਆ ਸਟਾਰਟ ਅਤੇ ਸੇਮ ਹੀ ਆਹ ਮਸ਼ੀਨ 'ਚ ਆਪਾਂ ਪਹਿਲਾਂ ਇੱਥੇ ਕਾਰਡ ਰੱਖ ਲੈਣਾ ਬੈਲੈਂਸ ਸ਼ੋਅ ਹੁੰਦਾ ਅਤੇ ਆਪਾਂ ਇਹਨੂੰ ਸਿਲੈਕਟ ਕਰਨਾ ਕਿਹੜਾ ਆਪਾਂ ਕਰਨਾ ਆਹ ਵਾਲਾ ਅਤੇ ਇਹਦੇ ਵਿੱਚ ਜਿਹੜਾ ਪਾਊਡਰ ਇਹਦੇ 'ਚ ਪੈਂਦਾ ਅਤੇ ਇਹਦੇ ਵਿੱਚ ਲਿਕੁਇਡ ਪੈਂਦਾ ਇੱਕ ਦੇ ਵਿੱਚ ਅਤੇ ਸੇਮ ਹੀ ਆ ਇਹਦੇ ਵਿੱਚ ਅਤੇ ਮੇਰੇ ਕੋਲ ਪਾਊਡਰ ਸੀਗਾ ਅਤੇ ਮੈਂ ਪਰਸ ਵਾਲੇ 'ਚ ਪਾਊਡਰ ਪਾਇਆ ਅਤੇ ਆ ਬਾਕੀ ਲਿਕੁਇਡ ਲਈ ਆ ਦੋਵੇਂ। ਇਹਦੇ ਵਿੱਚ 30 ਮਿੰਟਸ ਰਹਿ ਗਏ ਆ ਅਤੇ ਦੂਜੇ ਵਿੱਚ ਹਜੇ ਸਟਾਰਟ ਹੋਇਆ 39 ਮਿੰਟਸ ਟੋਟਲ ਹੈਗਾ 41 ਮਿੰਟਸ ਲੱਗਦੇ ਆ ਪੂਰੀ ਵਾਸ਼ਿੰਗ ਨੂੰ ਅਤੇ ਉਹ ਵੱਡੀਆਂ ਮਸ਼ੀਨਾਂ ਆ ਵੱਡੀਆਂ ਨੂੰ ਜ਼ਿਆਦਾ ਲੱਗ ਜਾਂਦਾ ਟਾਈਮ। ਆਹ ਵੱਡਾ ਡਰਾਇਰ ਚੂਜ਼ ਕੀਤਾ ਮੈਂ ਜੇ ਆਪਾਂ ਡਰਾਇਰ ਚੂਜ਼ ਕਰਨਾ ਅਤੇ ਇਹਦੇ 'ਚ ਆਪਾਂ ਟਾਈਮ ਨਹੀਂ ਸੈੱਟ ਕਰਦੇ ਇਹਦੇ ਵਿੱਚ ਆਪਾਂ ਸਿਰਫ ਟੈਂਪਰੇਚਰ ਸੈੱਟ ਕਰ ਸਕਦੇ ਹਾਂ ਹਾਈ ਟੈਂਪਰੇਚਰ ਲੋਅ ਟੈਂਪਰੇਚਰ ਮੀਡੀਅਮ ਅਤੇ ਡੈਲੀਕੇਟ ਅਤੇ ਆਪਾਂ ਇੱਥੇ ਆਪਣਾ ਕਾਰਡ ਰੱਖ ਲੈਣਾ ਅਤੇ ਸਟਾਰਟ ਕਰ ਦੇਣਾ ਜਿਹੜਾ ਵੀ ਆਪਾਂ ਨੂੰ ਟੈਂਪਰੇਚਰ ਕਰਨਾ ਮੈਂ ਹਾਈ ਕੀਤਾ ਇੱਥੇ ਬੱਤੀ ਜਗ ਜਾਂਦੀ ਗ੍ਰੀਨ ਅਤੇ ਜੇ ਆਪਣੇ ਨਹੀਂ ਸੁੱਕਦੇ ਫਿਰ ਵੀ ਤਾਂ ਆਪਾਂ ਨੂੰ ਫਿਰ ਦੁਬਾਰਾ ਇੱਥੇ ਕਾਰਡ ਰੱਖ ਕੇ ਫਿਰ ਓਨਾ ਹੀ ਅਮਾਊਂਟ ਕਰਕੇ ਹਾਈ ਟੈਂਪਰੇਚਰ ਕਰਕੇ ਫਿਰ ਦੁਬਾਰਾ ਦੂਜੀ ਵਾਰੀ ਸਟਾਰਟ ਕਰਨਾ ਪੈਣਾ ਆ। ਪਹਿਲਾਂ ਆਪਾਂ ਟਾਈਮ ਸੈੱਟ ਕਰ ਸਕਦੇ ਸੀ ਪਰ ਹੁਣ ਇਹਨਾਂ ਨੇ ਟੈਂਪਰੇਚਰ ਕਰਤਾ ਆ। ਆਪਾਂ ਡਰਾਇਰ 'ਚ ਟਾਈਮ ਵੀ ਸੈੱਟ ਕਰ ਸਕਦੇ ਹਾਂ ਮੈਨੂੰ ਪਹਿਲਾਂ ਪਤਾ ਨਹੀਂ ਸੀ। ਆਪਾਂ ਇੱਕ ਵਾਰੀ ਜੇ ਟਾਈਮ ਡਬਲ ਕਰਨਾ ਆ ਪਹਿਲਾਂ ਹੋਊਗਾ 8 ਮਿੰਟ ਦਾ ਅਤੇ ਆਪਾਂ ਜਦੋਂ ਕਾਰਡ ਨੂੰ ਚੱਕ ਕੇ ਆਪਾਂ ਦੁਬਾਰਾ ਰੱਖਣਾ ਉੱਥੇ ਟਾਈਮ ਫਿਰ ਡਬਲ ਹੋਈ ਜਾਣਾ ਫਿਰ ਆਪਾਂ ਜਿੰਨਾ ਮਰਜ਼ੀ ਟਾਈਮ ਵਧਾ ਸਕਦੇ ਆਪਾਂ ਨੂੰ ਉਹ ਵੇਟ ਕਰਨ ਦੀ ਨਹੀਂ ਲੋੜ ਆਪਾਂ ਇੱਕੋ ਵਾਰੀ ਸਾਰਾ ਟਾਈਮ ਵਧਾ ਸਕਦੇ ਹਾਂ ਬਸ ਕਾਰਡ ਨੂੰ ਚੱਕ ਕੇ ਉੱਥੇ ਟੈਪ ਕਰੀ ਜਾਣਾ। ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ।